Giri. जसपाल कौर, जसकरण सिंह, सर इन्हें नहीं होनी गुरिंदर कौर कोई गल नहीं बुला यार
ਗੁਰਿੰਦਰ ਕੌਰ ਹੈ ਕੋਈ ਟ੍ਰਾਂਸਫਰ ਡੀਡ ਨਹੀਂ ਅਨਿਲ ਕੁਮਾਰ ਨਾਲ ਹੋਗੀ ਗੱਲ ਇਹਨੂੰ ਸਤਲੁਜ ਬਿਲਡਰ ਸਤਲੁਜ ਬਿਲਡਰ ਅਨਿਲ ਸਤਲੁਜ ਬਿਲਡਰ ਸਤਲੁਜ ਬਿਲਡਰ ਦੀਪਕ ਮਲਿਕ ਹੈ ਟ੍ਰਾਂਸਫਰ ਡੀਡ ਦੀਪਕ ਮਲਿਕ ਦੀਪਕ ਮਲਿਕ ਟ੍ਰਾਂਸਫਰ ਡੀਡ तय तो की होगी फीस के ततीमे वाले सिकंदर सिंह है कोई मैडम कल कि रजिस्ट्री आई बत्ती बत्ती या बत्ती डिटेल भेजो रिकॉर्ड लेके आप आओ मेरे दफ्तर आओ बत्ती या बत्ती रजिस्ट्रिया रिकॉर्ड लेके नंबर लेके दफ्तर आओ नोट करो फीस पढ़ो पिछले काम रोक लाइन जी है अपने दफ्तर का फ्री हो गए लोग फोन कर ਗੱਡੂ
ਤੁਹਾਡੇ ਸਾਹਮਣੇ ਬੰਦੇ ਖੜੇ ਸਰ ਬਿਲਾਵ ਜੀ ਨਾਲ ਸਰ ਮੈਂ ਇਹਨਾਂ ਯਾਰ ਕੁਝ ਜਲਾ ਦੇ ਇਹਨਾਂ ਗੱਲ ਸੁਣ ਲਓ ਹਾਂਜੀ ਫਿਰ ਮੈਂ 2900 ਵਾਲੇ ਦਾ 8000 ਆਪਣੇ ਦਫ਼ਤਰ ਲੱਗ ਗਿਆ ਆਪਣਾ ਚੈੱਕ ਕਰਨਾ ਫਰਜ਼ ਹੈ ਕਿ ਨਹੀਂ ਹੈ ਮੈਂ ਆ ਕੇ ਚੈੱਕ ਕਰ ਰਿਹਾ ਮੈਨੂੰ ਕਿਉਂ ਆਉਣਾ ਪਿਆ ਤੁਹਾਡੀ ਜ਼ਿੰਮੇਵਾਰੀ ਮੈਨੂੰ ਸਿਰਫ ਹੀ ਦੱਸ ਦਿਓ ਐਜ਼ ਪਰ ਰੂਲਸ ਤੁਹਾਡੀ ਦਫ਼ਤਰ ਦੇ ਵਿੱਚ ਕੋਈ ਗਲਤ ਚੀਜ਼ ਨਾ ਲਵੇ ਤੁਹਾਡੀ ਇਹ ਚੈੱਕ ਕਰਨ ਜ਼ਿੰਮੇਵਾਰੀ ਹੈ ਕਿ ਨਹੀਂ ਹੈਗੀ ਹੈ ਨਾ ਫਿਰ ਤੁਹਾਡੇ ਸਾਹਮਣੇ ਮੈਂ 6 ਰਿਸ਼ਤੀਆਂ ਕੱਢਦੀਆਂ ਮੈਂ ਤੁਹਾਡੇ ਸਾਹਮਣੇ 6 ਕੱਢੀਆਂ ਕਿ ਨਹੀਂ ਕੱਢੀਆਂ ਕੱਢੀਆਂ ਕਿ ਪਹਿਲਾਂ ਇਸ ਕੱਢੀ ਯਾਰ ਪਹਿਲਾਂ ਜਵਾਬ ਪੁੱਛਦਾ ਬਸ ਪਹਿਲਾਂ ਜਵਾਬ ਪੁੱਛਦਾ ਬਸ ਕੱਢੀਆਂ ਕਿ ਨਹੀਂ ਕੱਢੀਆਂ ਮੈਨੂੰ ਵੀ ਪਤਾ ਮੈਨੂੰ ਵੀ ਪਤਾ ਜਿਹਨੂੰ ਆਪਾਂ ਠੋਕਣਾ ਹੋਵੇ ਨਾ ਅਸੀਂ ਰੈਡ ਹੈਂਡਡ ਇੱਕ ਮਿੰਟ ਜੇ ਖੋਲੋ ਜਿਹਨੂੰ ਅਸੀਂ ਠੋਕਣਾ ਹੀ ਹੋਵੇ ਨਾ ਠੋਕਣ ਆਉਣਾ ਹੋਵੇ ਫਿਰ ਉਹ ਰੰਗੇ ਹੱਥੀ ਫੜਨਾ ਹੁੰਦਾ ਜਿਹਨੂੰ ਠੋਕਣਾ ਹੀ ਹੋਵੇ ਚਾਹੇ ਕੋਈ ਹੋਵੇ ਚਾਹੇ ਉਹ ਬਜੋਲੀਆ ਹੋਵੇ ਚਾਹੇ ਕੋਈ ਹੋਵੇ ਪਰ ਸਾਡਾ ਮਕਸਦ ਸੀਗਾ ਮੈਨੂੰ ਸੁਧਾਰ ਦੀ ਸਿਸਟਮ ਅਦਰਵਾਈਜ਼ ਜੇ ਠੋਕਣ ਆਉਣਾ ਹੋਵੇ ਨਾ ਫਿਰ ਤਰੀਕੇ ਹੋਰ ਹੁੰਦੇ ਤੁਹਾਨੂੰ ਜੇ ਕਹਿੰਦੇ ਸੁਧਾਰ ਲਈ ਆਪਾਂ ਸਿਸਟਮ ਨੂੰ ਸਰ ਬੇਨਤੀ ਸਰ ਇੱਕ ਸੁਣ ਲਓ ਸਰ ਜਿੱਦਾਂ ਹੁਣ ਫਲੱਡ ਦਾ ਵੀ ਕੰਮ ਚੱਲ ਰਿਹਾ ਸਰ ਮੈਨੂੰ ਵੀ ਕੰਮ ਲੱਗਾ ਸਰ ਇੱਕ ਮਿੰਟ ਸਰ ਇੱਕ ਮਿੰਟ ਇਹਦਾ ਮਤਲਬ ਇਹ ਨਹੀਂ ਕਿ ਲੁੱਟ ਪਾਉ ਦੀ ਫਲੱਡ ਦਾ ਕੰਮ ਚੱਲਦਾ ਸਰ ਸਰ ਇੱਕ ਮਿੰਟ 2 ਮਿੰਟ ਸੁਣ ਲਓ ਸਰ ਇਹਦੇ ਕਰਕੇ ਸਰ ਜਿੱਦਾਂ ਹੁਣ ਕੱਲੀ ਕੱਲੀ ਡੀਸੀ ਆ ਰਹੀ ਹੈ ਸਰ ਨਾਲ ਦੂਜੇ ਕੰਮ ਚੱਲ ਰਹੇ ਨੇ ਤੀਜੇ ਕੰਮ ਚੱਲ ਰਹੇ ਨੇ ਸਰ ਮੈਂ ਸਿਰਫ ਇਹ ਕਹਿ ਰਿਹਾ ਸੀ ਇਹਨਾਂ ਨੂੰ ਫਲੱਡ ਦੇ ਕੰਮ ਵਿੱਚ ਤੁਹਾਨੂੰ ਮੇਰਾ ਗੱਲ ਕਰੋ ਵਾਜਬ ਤੁਹਾਨੂੰ ਫਲੱਡ ਦੇ ਕੰਮ ਵਿੱਚ ਕਿਸੇ ਨੇ ਇਸ ਕਚਹਿਰੀ ਚ ਕਿਸੇ ਨੂੰ ਲਾਇਸੈਂਸ ਨਹੀਂ ਦਿੱਤਾ ਕਿ ਫਿਸਾ ਦੁਪਨੀਆ ਕਰ ਦੇਵੇ ਫਲੱਡ ਕਰਕੇ ਐਸਾ ਕੋਈ ਤੁਹਾਨੂੰ ਕੋਈ ਐਸਾ ਆਇਆ ਕੋਈ ਲੈਟਰ ਵੀ ਫਲੱਡ ਨੂੰ ਸਰ ਬੇਨਤੀ ਸੁਣੋ ਇਹ ਆਏ ਸਰ ਇਹ ਆਪਣੇ ਡਿਸ਼ ਲੈ ਕੇ ਆਏ ਸਰ ਇਹਨਾਂ ਨੂੰ ਮੈਂ ਕਿਹਾ ਕਿ ਤੁਹਾਡੀ ਜਿਹੜੀ ਜਾਇਜ਼ ਫੀਸ ਉਨੀ ਕਰਿਓ ਉਨੀ ਦਿਓ ਠੀਕ ਹੈ ਅੱਗੇ ਨੂੰ ਸਰ ਸਰ ਜਦੋਂ ਥੋੜ੍ਹਾ ਜਿਹਾ ਵੇਲ ਹੁੰਦਾ ਸਰ ਜਿਹੜੀ ਫੀਸ ਹੈ ਮੈਂ ਥੋੜ੍ਹੀ ਮੰਨ ਗਿਆ ਤੁਹਾਡੇ ਜਿਵੇਂ ਆਦੇਸ਼ ਹੈ ਸਰ ਕੱਲੀ ਕੱਲੀ ਜੋ 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 ਹੈ ਇਹਦਾ ਰਸੀਦ ਹੈ ਜੋ ਹੈ ਸਾਰਾ ਪਬਲਿਕ ਤੋਂ ਆਪਾਂ ਪੁੱਛਾਂਗੇ ਬਾਕੀ ਜਿਹੜੀਆਂ ਆਲੇ ਦੁਆਲੇ ਆਪਾਂ ਗੱਲਾਂ ਘੁਮਾ ਰਹੇ ਨਾ ਇਹ ਹੋ ਗਿਆ ਜੀ ਇਹ ਹੋ ਗਿਆ ਜੀ ਮੈਂ ਤੁਹਾਨੂੰ ਪੰਜਾਬੀ ਗੱਲ ਦੱਸ ਦਿੰਦਾ ਠੀਕ ਹੈ ਸਰ ਉਹਦਾ ਵੀ ਤਰੀਕਾ ਹੋਰ ਹੁੰਦਾ ਠੀਕ ਹੈ ਸਰ ਉਹ ਵੀ ਕਰ ਹੋ ਜਾਊਗਾ ਠੀਕ ਹੈ ਸਰ ਜੇ ਸੁਧਾਰ ਨਾ ਹੋਇਆ ਫਿਰ ਉਹ ਵੀ ਹੋ ਜਾਊਗਾ ਠੀਕ ਹੈ ਸਰ ਆਪਾਂ ਚਾਹੁੰਦੇ ਕਿ ਸੁਧਾਰ ਹੋ ਜਾਵੇ ਸਰ ਮੈਨੂੰ 1 ਸਾਲ ਹੋ ਗਿਆ ਸਰ ਉਹਨੇ ਵੈਸੇ 1 ਸਾਲ ਸੁਧਾਰ ਨਹੀਂ ਹੋਇਆ ਠੀਕ ਸਰ 1 ਸਾਲ ਸੁਧਾਰ ਨਹੀਂ ਹੋਇਆ 1 ਸਾਲ ਸੀਸੀਟੀਵੀ ਕੈਮਰੇ ਵੀ ਬੰਦ ਹੈ ਬਾਹਰੋਂ ਤੁਹਾਡੇ ਬੋਰਡ ਵੀ ਉਤਰੇ ਹੋਏ ਆ ਆਹ ਫੀਸ ਵੀ ਦੁੱਗਣੀ ਲੱਗ ਰਹੀ ਹੈ 1 ਸਾਲ ਮੈਂ ਸੁਧਾਰ ਨਹੀਂ ਮਿਲਿਆ ਦੇਖੋ ਸਰ ਸਰ ਮੁੰਡਾ ਸਰ ਆਇਆ ਹੋਇਆ ਠੀਕ ਆ ਰਿਹਾ ਸਰ ਪਹਿਲਾਂ ਹੁਣ ਤਾਂ ਕਿਵੇਂ ਠੀਕ ਹੈ ਕਿ ਸਰ ਨੈਟ ਵੀ ਬੰਦ ਜੇ ਨੈਟ ਬੰਦ ਹੈ ਤਾਂ ਹੁਣ ਬੰਦ ਹੋ ਗਿਆ ਰਿਕਾਰਡਰ ਦਿਖਾਓ ਕਿੱਥੇ ਸਰ ਉਹ ਰਿਕਾਰਡਰ ਦਿਖਾਓ ਕਿੱਥੇ ਹੈ ਸਰ ਉਹ ਬੰਦਾ ਆਇਆ ਹੋਇਆ ਸਰ ਉਹਦਾ ਮੈਨੂੰ ਦਿਖਾਓ ਰਿਕਾਰਡਰ ਚ ਲਾ ਕੇ ਕਿੱਥੇ ਇਹ ਜੇ ਬਹੁਤੀ ਆਰਗੂਮੈਂਟ ਦੀ ਗੱਲ ਹੈ ਉਹ ਸਭ ਕੁਝ ਕਰਨਾ ਹੈ ਇਸ ਤਰ੍ਹਾਂ ਜਿਹੜੀ ਗੱਲ ਹੈ ਗਲਤੀ ਨੂੰ ਗਲਤੀ ਮੰਨ ਲਓ ਆਪਣੀ ਠੀਕ ਹੈ ਇਹਨੂੰ ਠੀਕ ਕਰ ਲਓ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਤੁਸੀਂ ਯੰਗ ਅਫਸਰ ਹੈ ਆਪਾਂ ਨਾ ਗਲਤ ਪਸੇ ਮੈਂ ਨਹੀਂ ਸਰ ਕਿ ਤੁਹਾਨੂੰ ਕੋਈ ਪਹਿ ਦੀ ਵਿਗਾੜ ਹੈ ਤਾਂ ਮੈਨੂੰ ਦੱਸੋ ਤੁਹਾਡੇ ਕੋਲ ਕਿਸੇ ਐਮਐਲਏ ਨੇ ਕਿਸੇ ਮੰਤਰੀ ਨੇ ਚਾਹ ਦਾ ਕੱਪ ਲਿਆ ਦੱਸੋ ਮੈਨੂੰ ਫਿਰ ਆ ਲੋਕਾਂ ਦੀ ਲੁੱਟ ਨਹੀਂ ਹੋਣੀ ਚਾਹੀਦੀ ਇਹ ਤੋਂ ਬਾਅਦ ਮੁੜ ਕੇ ਦੂਜਾ ਮੌਕਾ ਨਹੀਂ ਮਿਲਣਾ ਠੀਕ ਹੈ ਕਿਸੇ ਨੇ ਪੰਜੀ ਵਾਰ ਜੇ ਤੁਸੀਂ ਦਿਓਗੇ ਬਾਅਦ ਤਾਂ ਫਿਰ ਤੁਸੀਂ ਕਸੂਰਵਾਰ ਹੈ ਸਾਡੇ ਦਫ਼ਤਰ ਆਊ ਬਾਅਦ ਪੈਸਾ ਮੰਗਦਾ ਲੁੱਟ ਦੀ ਹੱਦ ਹੋਈ ਪਈ ਹੈ ਤੁਹਾਡੀ ਸਰ ਇਹਨਾਂ ਨੂੰ ਮੈਂ ਕਿਹਾ ਸਰ ਤੁਹਾਡੇ ਸਾਹਮਣੇ ਕਿਹਾ ਵੀ ਤੁਸੀਂ ਪਟਵਾਰੀ ਦੇ ਕੇਸ ਨੂੰ ਹੋਣੀ ਕੰਪਲੇਂਟ ਦਿਓ ਉਹਦੇ ਵਿੱਚ ਤੁਸੀਂ ਆਪ ਕਿਉਂ ਚੈੱਕ ਕਰਦੇ ਚੀਜ਼ਾਂ ਸਰ ਮੈਂ ਬਤੌਰ ਐਮਐਲਏ ਚੈੱਕ ਕਰਨ ਤੁਹਾਨੂੰ ਆ ਸਕਦਾ ਤੁਸੀਂ ਕਿਉਂ ਚੈੱਕ ਕਰਦੇ ਹੋ ਫੀਲਡ ਜਾ ਕੇ ਚੀਜ਼ਾਂ ਸਰ ਹਰ ਮਹੀਨੇ ਹਰ ਸੀ ਸਰ ਸਰ ਕਹਿ ਕੇ ਨਹੀਂ ਹੋਣੀ ਹੈਗੀ ਤੁਸੀਂ ਕਿਉਂ ਨਹੀਂ ਚੈੱਕ ਕਰਦੇ ਆ ਲੋਕ ਜੇ ਜਾਂਦੇ ਫਿਰ ਲੋਕ ਕਿਉਂ ਖੱਜਲ ਹੋ ਰਹੇ ਵਿਚਾਰੇ ਸਰ ਪਟਵਾਰੀਆਂ ਦੀ ਪੜਤਾਲ ਹੋ ਅੱਜ ਤੋਂ ਬਾਅਦ ਤੁਹਾਨੂੰ ਮੌਕਾ ਨਹੀਂ ਮਿਲਣਾ ਰੋਪੜ ਦੇ ਲੋਕਾਂ ਨੂੰ ਬੇਨਤੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬੜੀ ਕਲੀਅਰ ਕੱਟ ਹਦਾਇਤ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਿਸੇ ਵੀ ਰੈਵਨਿਊ ਦਫ਼ਤਰ ਚ ਤਹਿਸੀਲ ਦਫ਼ਤਰ ਚ ਪਟਵਾਰੀ ਕੋਲੇ ਕਿਸੇ ਕੋਲੇ ਤੁਹਾਨੂੰ ਕੋਈ ਵੀ ਕਰਪਸ਼ਨ ਕੋਈ ਰਿਸ਼ਵਤ ਦੇਣ ਦੀ ਲੋੜ ਨਹੀਂ ਹੈ ਕਿਉਂਕਿ ਪਹਿਲਾਂ ਰਿਸ਼ਵਤਾਂ ਇਸ ਕਰਕੇ ਚੱਲਦੀਆਂ ਸੀਗੀਆਂ ਕਿ ਰਿਸ਼ਵਤਖੋਰੀ ਕਰਾ ਕੇ ਉਹਦੇ ਵਿੱਚੋਂ ਜਿਹੜੇ ਸਿਆਸੀ ਲੋਕ ਹੈ ਸਰਕਾਰ ਦੇ ਨੁਮਾਇੰਦੇ ਹੈ ਉਹ ਆਪਣੀ ਹਿੱਸਾਪੱਤੀ ਕਰਦੇ ਸੀਗੇ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਬਣਾਈ ਹੈ ਇੱਕ ਪੈਸਾ ਮੈਂ ਤੁਹਾਨੂੰ ਇਸ ਖਾਸ ਤੌਰ ਤੇ ਇਸ ਕਰਕੇ ਦੱਸਣਾ ਚਾਹੁੰਦਾ ਕਿਉਂਕਿ ਤੁਸੀਂ ਕਿਤੇ ਭੁਲੇਖੇ ਦੇ ਵਿੱਚ ਨਾ ਕਿਤੇ ਪੈਸੇ ਦੇਈ ਜਾਓ ਇਹਨਾਂ ਨੂੰ ਇੱਕ ਪੈਸਾ ਜਿਹੜਾ ਉਹ ਕਿਸੇ ਤਹਿਸੀਲਦਾਰ ਨੂੰ ਕਿਸੇ ਅਫਸਰ ਨੂੰ ਕਿਸੇ ਥਾਣੇਦਾਰ ਨੂੰ ਸਾਡੇ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇੱਕ ਪੈਸੇ ਦੀ ਕਿਸੇ ਨੂੰ ਕੋਈ ਵਿਗਾੜ ਨਹੀਂ ਹੈ ਜਿਹੜੇ ਰੈਸਟ ਹਾਊਸ ਦੇ ਵਿੱਚ
ਅਸੀਂ ਬੈਠਦੇ ਹਾਂ ਕੰਮਾਂ ਕਾਰਾਂ ਲਈ ਲੋਕਾਂ ਨੂੰ ਮਿਲਣ ਲਈ ਜਾਂ ਕਿਸੇ ਹੋਰ ਕੰਮ ਲਈ ਜਿੱਥੇ ਮੰਤਰੀ ਵੀ ਆਉਂਦੇ ਹੈ ਰੋਪੜ ਦੇ ਵਿੱਚ ਆ ਸਾਹਮਣੇ ਰੈਸਟ ਹਾਊਸ ਹੈ ਪੀਡਬਲਿਊ ਡੀ ਦਾ ਦੂਜਾ ਰੈਸਟ ਹਾਊਸ ਹੈ ਉੱਥੇ ਕਦੇ ਜਾ ਕੇ ਉੱਥੋਂ ਦੇ ਸੇਵਾਦਾਰਾਂ ਕੋਲੋਂ ਪੁੱਛ ਲਿਓ ਵੀ ਇੱਥੋਂ ਦੀ ਜਿਹੜੀ ਚਾਹ ਬਣਦੀ ਹੈ ਉਹਦਾ ਦੁੱਧ ਕਿੱਥੋਂ ਆਉਂਦਾ ਖੰਡ ਕਿੱਥੋਂ ਆਉਂਦੀ ਹੈ ਪੱਤੀ ਕਿੱਥੋਂ ਆਉਂਦੀ ਹੈ ਸਾਡੀ ਇੱਕ ਚਾਹ ਦੇ ਕੱਪ ਦੀ ਵਿਕਾਰ ਵੀ ਕਿਸੇ ਤਹਿਸੀਲਦਾਰ ਨੂੰ ਕਿਸੇ ਥਾਣੇਦਾਰ ਨੂੰ ਨਹੀਂ ਹੈਗੀ ਤੁਹਾਨੂੰ ਏਦਾਂ ਦੀ ਵਿਕਾਰ ਕੋਈ ਚਾਹ ਦੇ ਕੱਪ ਦੀ ਨਹੀਂ ਅੱਜ ਤੱਕ ਸਾਨੂੰ ਕੋਈ ਚਾਹ ਤਾਂ ਨਹੀਂ ਬਣਾਈ ਇੱਥੇ ਜੇ ਕੋਈ ਮੰਤਰੀ ਵੀ ਮੰਤਰੀ ਸਾਹਿਬ ਵੀ ਕਰੋਪੜ ਦੇ ਵਿੱਚ ਆਉਣ ਚਾਹੇ ਚਾਹ ਹੋਵੇ ਚਾਹੇ ਖਾਣਾ ਹੋਵੇ ਅਸੀਂ ਸਾਰੇ ਜੋ ਕਰਨਾ ਆਪਣੇ ਕੋਲੋਂ ਕਰਦੇ ਹਾਂ ਅਸੀਂ ਕਦੇ ਕਿਸੇ ਨੂੰ ਪੈਸੇ ਦੀ ਵਿਗਾੜ ਜਿਹੜੀ ਉਹ ਨਹੀਂ ਹੈ ਇਸ ਕਰਕੇ ਤੁਸੀਂ ਜਦੋਂ ਤਹਿਸੀਲਾਂ ਦੇ ਵਿੱਚ ਆਉਂਦੇ ਹੈ ਜੇ ਤੁਸੀਂ ਅੰਦਰ ਵੜ ਕੇ ਰਿਸ਼ਵਤ ਦੇ ਜਾਓ ਉਹਦੇ 'ਚ ਫਿਰ ਸਰਕਾਰ ਦਾ ਕੋਈ ਕਸੂਰ ਨਹੀਂ ਹੈ ਫਿਰ ਤੁਹਾਡਾ ਕਸੂਰ ਹੈ ਤੁਸੀਂ ਜਿੱਥੇ ਕੋਈ ਤੁਹਾਡੇ ਕੋਲੋਂ ਰਿਸ਼ਵਤ ਮੰਗਦਾ ਉਹਨੂੰ ਜੇ ਤੁਹਾਡੀ ਕੋਈ ਰਜਿਸਟਰੀ ਹੋ ਰਹੀ ਹੈ ਕੁਛ ਹੋ ਰਿਹਾ ਇੱਕ ਇੱਕ ਪੈਸਾ ਜਿਹੜਾ ਉਹ ਹਿਸਾਬ ਕਰਕੇ ਦਿਓ ਜਿੰਨੀ ਸਰਕਾਰੀ ਫੀਸ ਬਣਦੀ ਹੈ ਉਨੀ ਸਰਕਾਰੀ ਫੀਸ ਦਿਓ ਜਿੰਨੀ ਲਿਖਣ ਵਾਲੇ ਦੀ ਬਣਦੀ ਹੈ ਉਨੀ ਲਿਖਣ ਵਾਲੇ ਦੀ ਦਿਓ ਜਿੰਨੀ ਸਟਾਫ ਵਾਲੇ ਦੀ ਬਣਦੀ ਹੈ ਉਨੀ ਸਟਾਫ ਵਾਲੇ ਦੀ ਦਿਓ ਕਿਸੇ ਨੂੰ ਵੀ ਇੱਕ ਪੈਸਾ ਫਾਲਤੂ ਦੇਣ ਦੀ ਲੋੜ ਨਹੀਂ ਹੈ ਅੰਦਰ ਆਪਣੀ ਰਜਿਸਟਰੀ ਲੈ ਕੇ ਆਪ ਆਓ ਆਹ ਤਹਿਸੀਲਦਾਰ ਸਾਹਿਬ ਬੈਠੇ ਨੇ ਇਹਨਾਂ ਨੂੰ ਸਾਡੇ ਵੱਲੋਂ ਖਾਸ ਤੌਰ ਤੇ ਹਦਾਇਤ ਹੈ ਕਿ ਇਹ ਤੁਹਾਡੀ ਕੋਈ ਵੀ ਰਜਿਸਟਰੀ ਨਜਾਇਜ਼ ਤੌਰ ਤੇ ਵਾਪਸ ਨਹੀਂ ਕਰ ਸਕਦੇ ਮੋੜ ਨਹੀਂ ਸਕਦੇ ਜੇ ਤੁਹਾਡੀ ਰਜਿਸਟਰੀ ਦੇ ਵਿੱਚ ਕੋਈ ਕਾਗਜ਼ ਪੱਤਰ ਦੀ ਕਮੀ ਹੈ ਤਾਂ ਇਹ ਤੁਹਾਨੂੰ ਸਮਾਂ ਦਊਂਗੇ ਅੱਧੇ ਘੰਟੇ ਦਾ ਘੰਟੇ ਦਾ ਦੋ ਘੰਟੇ ਦਾ ਜਿੰਨੇ ਵਜੇ ਤੱਕ ਦਫ਼ਤਰ ਖੁੱਲ੍ਹਾ ਉਨੇ ਵਜੇ ਤੱਕ ਦਾ ਕਿ ਭਾਈ ਆਹ ਕਾਗਜ਼ ਲੈ ਕੇ ਆਓ ਜਾਂ ਆਹ ਗਲਤੀ ਠੀਕ ਕਰਕੇ ਆਓ ਉਹ ਗਲਤੀ ਠੀਕ ਕਰਾ ਕੇ ਤੁਹਾਡੀ ਰਜਿਸਟਰੀ ਕਰਨਗੇ ਤੁਹਾਡੀ ਰਜਿਸਟਰੀ ਸਿਰਫ ਤਾਂ ਮੋੜਨਗੇ ਜੇ ਉਹ ਹੋ ਹੀ ਨਹੀਂ ਸਕਦੀ ਜੇ ਉਹ ਹੋ ਹੀ ਨਹੀਂ ਸਕਦੀ ਕਾਨੂੰਨੀ ਤੌਰ ਤੇ ਸੰਭਵ ਨਹੀਂ ਹੈ ਸਿਰਫ ਤਾਂ ਮੋੜਨਗੇ ਉਹ ਵੀ ਮੂੰਹ ਜਵਾਨੀ ਨਹੀਂ ਮੋੜੂਗੇ ਆਹ ਰਜਿਸਟਰ ਇਹਨਾਂ ਕੋਲੋਂ ਲਵਾਇਆ ਹੋਇਆ ਖਾਸ ਤੌਰ ਤੇ ਕਹਿ ਕੇ ਇਹਦੇ 'ਚ ਲਿਖ ਕੇ ਮੋੜਨਗੇ ਕਿ ਆਹ ਰਜਿਸਟਰੀ ਇਹ ਕਾਨੂੰਨੀ ਤੌਰ ਤੇ ਹੋ ਹੀ ਨਹੀਂ ਸਕਦੀ ਇਸ ਕਰਕੇ ਅਸੀਂ ਮੋੜ ਰਹੇ ਹਾਂ ਫਿਰ ਜਿਹੜੀ ਹੋ ਹੀ ਨਹੀਂ ਸਕਦੀ ਫਿਰ ਉਹ ਪੈਸੇ ਦੇ ਕੇ ਵੀ ਨਹੀਂ ਹੋ ਸਕਦੀ ਉਹਨੂੰ ਕੋਈ ਵਿਚੋਲੀਆ ਵੀ ਪੈਸੇ ਦੇ ਕੇ ਨਹੀਂ ਕਰਵਾ ਸਕਦਾ ਇਹ ਕਾਨੂੰਨ ਅਸੀਂ ਇਸ ਦਫ਼ਤਰ ਦੇ ਵਿੱਚ ਬਣਵਾਇਆ ਹੋਇਆ ਹੁਣ ਜੇਕਰ ਕਰਪਸ਼ਨ ਨੂੰ ਜ਼ੀਰੋ ਕਰਨ ਦੇ ਲਈ ਲੋੜ ਹੈ ਤਾਂ ਸਿਰਫ ਤੁਹਾਡੇ ਸਹਿਯੋਗ ਦੀ ਲੋੜ ਹੈ ਜੇ ਤੁਹਾਡੇ ਕੋਲੋਂ ਕੋਈ ਵੀ ਵਿਚੋਲੀਆ ਕੋਈ ਵੀ ਅਫਸਰ ਕੋਈ ਵੀ ਸੇਵਾਦਾਰ ਕੋਈ ਵੀ ਮੁਲਾਜ਼ਮ ਤੁਹਾਡੀ ਬਾਹ ਮਰੋੜ ਕੇ ਤੁਹਾਡੇ ਕੋਲੋਂ ਕੋਈ ਪੈਸਾ ਮੰਗਦਾ ਤਾਂ ਸਿੱਧਾ ਸਾਡੇ ਧਿਆਨ ਚ ਲਿਆਓ ਸਾਡੀ ਪਾਰਟੀ ਦੇ ਕਿਸੇ ਵੀ ਲੀਡਰ ਦੇ ਧਿਆਨ ਚ ਲਿਆਓ ਸਾਰੇ ਹਰ ਵੇਲੇ ਤਤਪਰ ਹੈ ਵੀ ਅਸੀਂ ਇਸ ਕਰਪਸ਼ਨ ਨੂੰ ਕਿਵੇਂ ਜ਼ੀਰੋ ਕਰਨਾ ਅੱਜ ਵੀ ਅਸੀਂ ਦੇਖਿਆ ਕਿ ਜਿਹੜੀਆਂ ਕੁਝ ਕੁ ਰਜਿਸਟਰੀਆਂ ਹੈ ਉਹਦੇ ਵਿੱਚ ਜਿਹੜਾ ਫੀਸ ਨਾਲੋਂ ਜ਼ਿਆਦਾ ਪੈਸੇ ਕਿਸੇ ਨਾ ਕਿਸੇ ਨੇ ਲਏ ਹੋਏ ਸੀਗੇ ਚਾਹੇ ਕਿਸੇ ਪ੍ਰਾਈਵੇਟ ਬੰਦੇ ਨੇ ਲਏ ਹੋਏ ਸੀਗੇ ਚਾਹੇ ਕਿਸੇ ਸਰਕਾਰੀ ਬੰਦੇ ਨੇ ਲਏ ਹੋਏ ਸੀਗੇ ਉਹਨਾਂ ਦੀ ਅੱਜ ਹੀ ਮੈਂ ਡੀ ਸੀ ਨੂੰ ਲਿਖ ਕੇ ਤੁਰੰਤ ਜਿਹੜੀ ਜਾਂਚ ਕਰਾਊਂਗਾ ਔਰ ਜਿੰਨੇ ਵੀ ਬੰਦੇ ਜਿਹੜੇ ਰਜਿਸਟਰੀਆਂ ਦੇ ਨਾਲ ਸੰਬੰਧਿਤ ਹੈ ਮੈਂ ਉਹਨਾਂ ਦੀ ਇੱਕ ਮੀਟਿੰਗ ਲੈ ਕੇ ਉਹਨਾਂ ਨੂੰ ਮੈਂ ਫਿਰ ਤੋਂ ਇਹ ਦੱਸੂੰਗਾ ਕਿ ਤੁਸੀਂ ਜੋ ਤੁਹਾਡੀ ਭਾਈ ਬਣਦੀ ਫੀਸ ਹੈ ਉਹ ਤੁਸੀਂ ਲਓ ਉਹ ਤੋਂ ਬਿਨਾਂ ਇੱਕ ਪੈਸਾ ਜਿਹੜਾ ਉਹ ਕਿਸੇ ਕੋਲੋਂ ਫਾਲਤੂ ਬਿਲਕੁਲ ਕੋਈ ਇੱਥੇ ਲੈ ਨਹੀਂ ਸਕਦਾ ਮੈਂ ਤੁਹਾਨੂੰ ਫਿਰ ਤੋਂ ਦੱਸ ਰਿਹਾ ਕਿ ਤੁਹਾਡੀ ਰਜਿਸਟਰੀ ਤੁਹਾਨੂੰ ਇੱਕੋ ਹੀ ਡਰ ਹੁੰਦਾ ਕਿ ਯਾਰ ਸਾਡੀ ਕੋਈ ਰਜਿਸਟਰੀ ਨਾ ਮੁੜ ਦੇਵੇ ਆਹ ਤਹਿਸੀਲਦਾਰ ਸਾਹਿਬ ਮੇਰੇ ਕੋਲ ਬੈਠੇ ਨੇ ਦੱਸੋ ਜੀ ਜਿਹੜੀ ਰਜਿਸਟਰੀ ਹੋ ਸਕਦੀ ਹੈ ਜੇ ਉਹਦੇ 'ਚ ਕੋਈ ਛੋਟੀ ਮੋਟੀ ਗਲਤੀ ਹੈ ਤੁਸੀਂ ਉਹਦਾ ਕੀ ਕਰੋਗੇ ਉਹਨੂੰ ਠੀਕ ਕਰਵਾਓਗੇ ਜਾਂ ਮੋੜੋਗੇ ਸਰ ਅਸੀਂ ਜਿਨ੍ਹਾਂ ਦੇ ਜਿੱਦਾਂ ਨਾਮ ਦੀ ਮਿਸਟੇਕ ਹੁੰਦੀ ਕੁਛ ਹੋਰ ਹੁੰਦਾ ਹੈ ਉਹ ਜੇ ਕਿਤੇ ਉਹਨਾਂ ਦਾ ਹੁੰਦਾ ਹੈ ਤਾਂ ਜਿਹੜੇ ਨੰਬਰਦਾਰ ਸੰਬੰਧਿਤ ਸਰਪੰਚ ਨੇ ਉਹਨਾਂ ਤੋਂ ਐਫੀਡੈਵਿਟ ਵਗੈਰਾ ਕਰਵਾ ਕੇ ਜਾਂ ਜਿਹੜੀ ਫਰਦ ਪੱਤਰ ਬਣਵਾ ਕੇ ਇਹਦੀ ਨਾਲ ਦੀ ਨਾਲ ਅਸੀਂ ਗਾਈਡ ਵੀ ਕਰਦੇ ਹਾਂ ਲੋਕਾਂ ਨੂੰ ਪਟਵਾਰੀ ਜੇ ਕਿਤੇ ਕਿਸੇ ਨੂੰ ਅਰਜੈਂਸੀ ਹੁੰਦੀ ਹੈ ਤਾਂ ਪਹਿਲ ਦੇ ਆਧਾਰ ਤੇ ਪਟਵਾਰੀ ਨੂੰ ਬੁਲਾ ਕੇ ਉਰੇ ਉਹਨਾਂ ਦੀ ਫਰਦ ਪੱਤਰ ਬਣਵਾ ਕੇ ਤਾਂ ਕਿ ਇਹ ਕਿ ਜਿਹੜੀ ਪਾਰਟੀਆਂ ਕਈ ਵਾਰੀ ਜਿਹੜੀ ਖਰੀਦਣ ਵਾਲੀਆਂ ਨੇ ਵੇਚਣ ਵਾਲੀਆਂ ਨੇ ਦੂਰੋਂ ਆਉਂਦੀਆਂ ਨੇ ਉਹਨਾਂ ਨੂੰ ਸਮੱਸਿਆ ਦਾ ਮਤਲਬ ਨਾ ਸਾਹਮਣਾ ਕਰਨਾ ਪਵੇ ਜਿਹੜੀ ਰਜਿਸਟਰੀ ਨਹੀਂ ਹੋਣ ਯੋਗ ਹੈ ਹੋ ਹੀ ਨਹੀਂ ਸਕਦੀ ਤੁਸੀਂ ਆਹ ਰਜਿਸਟਰ ਐਂਟਰ ਕੀਤੇ ਬਿਨਾਂ ਤਾਂ ਨਹੀਂ ਮੋੜੋਗੇ ਉਹਨੂੰ ਕਦੇ ਇਸ ਕਰਕੇ ਤੁਹਾਨੂੰ ਕੋਈ ਧੜਕਾ ਰੱਖਣ ਦੀ ਲੋੜ ਨਹੀਂ ਹੈ ਅਸੀਂ ਹਰ ਵੇਲੇ ਤੁਹਾਡੇ ਨਾਲ ਖੜੇ ਹਾਂ ਤਾਂ ਕਿ ਤੁਹਾਡਾ ਕੋਈ ਵੀ ਪੈਸਾ ਜਿਹੜਾ ਉਹ ਫਾਲਤੂ ਨਾ ਲੱਗੇ ਹੁਣ ਤੁਹਾਨੂੰ ਸਾਨੂੰ ਸਿਰਫ ਤੋਂ ਸਿਰਫ ਤੁਹਾਡੇ ਸਹਿਯੋਗ ਦੀ ਲੋੜ ਹੈ ਤੁਸੀਂ ਨਾਲ ਖੜੋ ਆਪਾਂ ਇਸ ਸਿਸਟਮ ਨੂੰ ਹੋਰ ਜ਼ਿਆਦਾ ਵਧੀਆ ਬਣਾਈਏ ਵੈਸੇ ਤਾਂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਆਪਾਂ ਬਹੁਤ ਜ਼ਿਆਦਾ ਫਰਕ ਪਾ ਲਿਆ ਹੁਣ ਇਹਨੂੰ ਹੋਰ ਜ਼ਿਆਦਾ ਵਧੀਆ ਬਣਾਈਏ ਤੁਸੀਂ ਸਾਰੀ ਪਬਲਿਕ ਸਾਡਾ ਸਾਥ ਦਿਓ ਧੰਨਵਾਦ